ਸਤਿ ਸ਼੍ਰੀ ਅਕਾਲ ਜੀ, ਮੇਰੇ ਨਾਲ ਮਨਵੀਰ ਸਿੰਘ ਬਰਾਰ ਆ ਚੁੱਕੇ ਨੇ, ਜਿਹੜੇ ਕਿ ਮੁਜ਼ੱਫਰਨਗਰ ਉੱਤਰ ਪ੍ਰਦੇਸ਼ ਤੋਂ ਨੇ। ਜੋ ਮੈਂ ਪਾਸਪੋਰਟ ਅਤੇ ਐਡਰੈਸ ਦੇਖਿਆ, ਤੋਂ ਬਾਕੀ ਦੀ ਗੱਲ ਮਨਵੀਰ ਨਾਲ ਕਰਦੇ ਹਾਂ। ਫਾਈਨਲੀ ਪਹਿਲਾਂ ਵੀਜ਼ਾ ਹੈਂਡਓਵਰ ਕਰ ਦਈਏ। ਮਨਵੀਰ ਕੰਗ੍ਰੈਚੁਲੇਸ਼ਨਸ, ਐਕਸਾਈਟਿਡ ਹੋ ਮਨਵੀਰ? ਪੂਰੇ ਐਕਸਾਈਟਿਡ? ਕਿੰਨਾ ਟਾਈਮ ਲੱਗ ਗਿਆ ਵੀਜ਼ਾ ਲੈਂਦੇ ਲੈਂਦੇ? ਆਲਮੋਸਟ ਮੈਂ ਪਿਛਲੀ ਮਾਰਚ ਅਪਲਾਈ ਕੀਤਾ ਸੀ, ਫਿਰ ਕੋਵਿਡ ਆ ਗਿਆ ਅਤੇ ਮੇਰੀ ਫਾਈਲ ਰੁਕ ਗਈ। ਅਤੇ ਉਸ ਤੋਂ ਬਾਅਦ ਜਿਵੇਂ ਜੂਨ 'ਚ ਖੁੱਲ੍ਹੀਆਂ ਬੈਂਕਾਂ ਵੀ ਖੁੱਲ੍ਹੀਆਂ, ਮੈਂ ਆਪਣੀ ਫੀਸ ਭਰੀ, ਔਫਰ ਲੈਟਰ ਮੇਰਾ ਆ ਗਿਆ ਸੀ ਮਾਰਚ ਸਟਾਰਟਿੰਗ 'ਚ ਹੀ ਆ ਗਿਆ ਸੀ ਜਦੋਂ ਮੈਂ ਅਪਲਾਈ ਕੀਤਾ। 10 ਮਹੀਨਿਆਂ ਅੰਦਰ ਅੰਦਰ ਸੈਪਟੈਂਬਰ ਇਨਟੇਕ ਲਈ ਮੈਂ ਮੰਗਾਇਆ ਸੀਗਾ, ਮੈਂ ਫੀਸ ਭਰਤੀ, ਫਿਰ ਮੈਨੂੰ ਗਾਈਡ ਕੀਤਾ। ਮਤਲਬ ਮੈਂ ਆਪ ਵੀ ਸੋਚਿਆ ਥੋੜ੍ਹਾ, ਫਿਰ ਮੈਨੂੰ ਇੱਕ ਕਾਉਂਸਲਰ ਨੇ ਗਾਈਡ ਕੀਤਾ, ਕਹਿੰਦੇ ਕਿ ਤੁਸੀਂ ਜੈਨ ਇਨਟੇਕ ਲੈ ਕੇ ਦੇਖ ਲਓ, ਉਹ ਤੱਕ ਸ਼ਾਇਦ ਠੀਕ ਹੋ ਜਾਵੇ। ਫਿਰ ਮੈਂ ਜੈਨ ਲਿੱਤਾ, ਫਿਰ ਮੈਂ ਹੁਣ ਤੱਕ ਉਹ ਲਾ ਰਿਹਾ ਮਨਵੀਰ ਨੇ ਕਲਾਸਿਸ ਜੁਆਇਨ ਰੱਖੀਆਂ ਆਨਲਾਈਨ ਔਰ ਅੱਜ ਵੀਜ਼ਾ ਲੈਣਾ ਆਏ ਨੇ। ਮਨਵੀਰ ਕਿਹੜੇ ਇੰਸਟੀਟਿਊਟ ਵਿੱਚ? ਲੈਂਪਟਨ ਕਾਲਜ ਦੇ ਵਿੱਚ, ਟੋਰਾਂਟੋ ਕੈਂਪਸ। ਬਹੁਤ ਵਧੀਆ ਲੈਂਪਟਨ ਕਾਲਜ ਹੈ, ਬਹੁਤ ਸਾਰੇ ਮਲਟੀਪਲ ਕੈਂਪਸਿਸ ਨਾਲ ਰਨ ਕਰਦਾ ਵਾ ਸਭ ਕੁਛ। ਬਹੁਤ ਵਧੀਆ ਪ੍ਰੋਗਰਾਮਸ, ਪੀ ਜੀ ਪ੍ਰੋਗਰਾਮ ਦੀ ਬਹੁਤ ਭਰਮਾਰ ਹੈ, ਯੂ ਜੀ ਪ੍ਰੋਗਰਾਮਸ ਦੀ ਬਹੁਤ ਵੱਡੀ ਰੇਂਜ ਹੈਗੀ ਹੈ ਲੈਂਪਟਨ ਕਾਲਜ ਕੋਲ, ਸਰਕਾਰੀ ਕਾਲਜ ਹੈਗਾ। ਸੋ ਮਨਵੀਰ, ਓਵਰਆਲ ਐਕਸਪੀਰੀਅੰਸ ਲੈਂਡਮਾਰਕ ਇਮੀਗ੍ਰੇਸ਼ਨ ਦਾ ਕਿੱਦਾਂ ਦਾ ਰਿਹਾ? ਐਕਸਪੀਰੀਅੰਸ ਮੇਰਾ ਬਹੁਤ ਵਧੀਆ ਹੈ, ਸਟਾਫ ਕੋਆਪਰੇਟਿਵ ਹੈ ਅਤੇ ਜਿਹੜਾ ਉਹਦਾ ਨੇਚਰ ਹੈ ਉਹ ਬਹੁਤ ਪੋਲਾਈਟ ਹੈ। ਮਤਲਬ ਜਿਵੇਂ ਗਾਈਡ ਵੀ ਕਰਦੇ ਨਾ, ਜੇ ਮੈਂ ਮਤਲਬ ਬਲ ਜਿਵੇਂ ਬਹੁਤ ਟਾਈਮ ਹੋ ਗਿਆ ਵੀਜ਼ਾ ਆਇਆ, ਹਾਂ ਕਈ ਵਾਰੀ ਜਿਵੇਂ ਆਪਾਂ ਹੋ ਗਈ ਜਾਂਦੇ ਅੰਦਰੋਂ ਕਿ ਇੰਨੇ ਪੈਸੇ ਲਾਤੇ, ਮੇਰਾ ਉਹ ਨਹੀਂ ਆ ਰਿਹਾ ਆ ਨਹੀਂ ਰਿਹਾ, ਤਾਂ ਫਿਰ ਤੁਸੀਂ ਵੀ ਪੇਸ਼ੈਂਸ ਬਰਕਰਾਰ ਰੱਖੀ ਔਰ ਲੈਂਡਮਾਰਕ ਨਹੀਂ ਵੀ ਰੱਖੀ। ਹਾਂਜੀ, ਬਸ ਇਹੀ ਮਿਊਚੁਅਲ ਅੰਡਰਸਟੈਂਡਿੰਗ ਹੈ ਜੀ। ਬਿਲਕੁਲ, ਲੈਂਡਮਾਰਕ ਨੇ ਵੀ ਪੇਸ਼ੈਂਸ ਰੱਖਿਆ, ਸਟੂਡੈਂਟ ਨਾਲ ਰਾਬਤਾ ਕਾਇਮ ਰੱਖਿਆ, ਸਟੂਡੈਂਟ ਨੇ ਵੀ ਪੇਸ਼ੈਂਸ, ਸਟੂਡੈਂਟ ਨੂੰ ਵੀ ਪੇਸ਼ੈਂਸ ਪੇਸ਼ੈਂਟ ਨੂੰ ਬਹੁਤ ਲੋੜ ਹੈ, ਕਿਉਂਕਿ ਇਹ ਲੰਬਾ ਪ੍ਰੋਸੈਸ ਹੈ, ਇਹਦੇ 'ਚ ਕੋਈ ਕੁਛ ਨਹੀਂ ਕਰ ਸਕਦਾ। ਕੋਵਿਡ ਕਰਕੇ ਬਹੁਤ ਸਾਰੇ ਅਪਸ ਐਂਡ ਡਾਊਨਸ ਦੇਖੇ, ਬਟ ਮਨਵੀਰ ਡਟੇ ਰਹੇ। ਮਨਵੀਰ, ਪਰਸੈਂਟੇਜ ਕਿੱਦਾਂ ਦੀ ਆ ਰਹੀ ਹੈ ਆਨਲਾਈਨ ਕਲਾਸਿਸ? ਮੇਰੀ ਵਧੀਆ ਰਹੀ ਜੀ, ਮੈਂ ਹਜੇ ਤੱਕ ਦੋ ਐਗਜ਼ਾਮ ਹੋ ਗਏ, ਉਹਨਾਂ ਦੇ ਫਾਈਨਲ ਰਿਜ਼ਲਟ ਹੈ, ਇੱਕ ਤੇ 84 ਨੇ ਓਕੇ, ਇੱਕ ਤੇ 80.1। ਦੈਟਸ ਰੀਅਲੀ ਗ੍ਰੇਟ, ਮਨਵੀਰ ਬਹੁਤ ਵਧੀਆ ਕਰ ਰਿਹਾ। ਸੋ ਆਈ ਐਨਕਰੇਜ ਟੂ ਸਟੂਡੈਂਟਸ, ਆਨਲਾਈਨ ਸਟੱਡੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਕੋਪ ਅਪ ਕੀਤਾ ਹੈ ਔਰ ਸਟੂਡੈਂਟ ਬਹੁਤ ਵਧੀਆ ਰਿਜ਼ਲਟ ਲੈ ਰਹੇ ਨੇ, ਉਹਦਾ ਹੀ ਨਤੀਜਾ ਅੱਜ ਮਨਵੀਰ ਦੇ ਹੱਥ ਵਿੱਚ ਜਿਹੜਾ ਫਾਈਨਲ ਵੀਜ਼ਾ ਹੈ। ਹੁਣ ਇਸ ਤੋਂ ਬਾਅਦ ਮਨਵੀਰ ਟਰੈਵਲ ਕਦੋਂ ਕਰ ਰਿਹਾ ਫਿਰ? ਮਨਵੀਰ ਟਰੈਵਲ ਸਰ, ਮੈਂ ਕਨਫਰਮੇਸ਼ਨ ਲੈ ਲਈ ਕਾਲਜ, ਕਨਫਰਮੇਸ਼ਨ ਲੈ ਲਈ, ਉਹਨੇ ਕਿ 10-15 ਡੇਸ ਦੇ ਅੰਦਰ ਅੰਦਰ ਫਲਾਈਟ ਕਰਾ ਸਕਦੇ ਹੋ। ਓਕੇ, ਦੈਟਸ ਰੀਅਲੀ ਗ੍ਰੇਟ। ਮੈਡੀਕਲ ਐਕਸਪਾਇਰ ਤਾਂ ਨਹੀਂ ਹੋਇਆ ਇਸ ਪ੍ਰੋਸੈਸ 'ਚ? ਅਕਤੂਬਰ 'ਚ ਹੋਇਆ, ਅਕਤੂਬਰ 'ਚ ਹੋਇਆ, ਦੈਟਸ ਰੀਅਲੀ ਗ੍ਰੇਟ। ਸੋ ਫਾਈਨਲੀ ਥੈਂਕ ਯੂ ਵੈਰੀ ਮੱਚ ਮਨਪ੍ਰੀਤ, ਮਨਵੀਰ, ਕਿ ਤੁਸੀਂ ਲੈਂਡਮਾਰਕ ਨੂੰ ਚੂਜ਼ ਕੀਤਾ ਔਰ ਤੁਸੀਂ ਹੁਣ, ਤੁਹਾਡੇ ਲਈ ਬੈਸਟ ਆਫ ਲੱਕ ਆ ਪੂਰੀ ਲੈਂਡਮਾਰਕ ਟੀਮ ਵੱਲੋਂ, ਕਿ ਤੁਹਾਡਾ ਫਿਊਚਰ ਜਿਹੜਾ ਬ੍ਰਾਈਟ ਰਹੇ ਕੈਨੇਡਾ 'ਚ। ਥੈਂਕ ਯੂ, ਥੈਂਕ ਯੂ।